ਮੋਗਾ ਚ ਮਹਿਲਾ ਕਾਂਗਰਸ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ 76ਵਾਂ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ। ਇਸ ਮੌਕੇ ਕਾਂਗਰਸ ਵਰਕਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ 'ਚ ਨਸ਼ਿਆਂ 'ਤੇ ਲਗਭਗ 60% ਕਾਬੂ ਪਾ ਲਿਆ ਹੈ ਅਤੇ ਕੈਪਟਨ ਦੇ ਨਿਰਦੇਸ਼ਾਂ 'ਤੇ ਪੰਜਾਬ ਪੁਲਿਸ ਵੀ ਲੋਕਾਂ ਨੂੰ ਨਸ਼ੇ ਪ੍ਰਤੀ ਜਾਗਰੂਕ ਕਰ ਰਹੀ ਹੈ। ਉਹਨਾਂ ਕਿਹਾ ਕਿ ਕੋਈ ਵੀ ਕੰਮ ਕਰਨ ਨੂੰ ਸਮਾਂ ਤਾਂ ਲੱਗ ਰਹੀ ਹੈ ਅਤੇ ਸਰਕਾਰ ਨੂੰ ਸੱਤਾ ਸੰਭਾਲੇ ਤਾਂ ਹਾਲੇ ਸਿਰਫ 1 ਸਾਲ ਹੀ ਹੋਇਆ ਹੈ। ਸਾਡੇ ਬਹੁਤ ਹੀ ਸਤਿਕਾਰਯੋਗ ਕੈਪਟਨ ਅਮਰਿੰਦਰ ਸਿੰਘ ਜੀ, ਜਿਨ੍ਹਾਂ ਦਾ ਅਜੇ 76ਵਾਂ ਜਨਮ ਦਿਨ ਆ, ਅਸੀਂ ਉਹਨਾਂ ਦੇ ਜਨਮ ਦਿਨ ਨੂੰ ਅੱਜ ਮਨਾ ਰਹੇ ਹਾਂ। ਔਰ ਨਾਲ ਹੀ ਸਾਡੇ ਡਾਕਟਰ ਹਰਜੋਤ ਕਮਲ ਜੀ MLA, ਜਿਨ੍ਹਾਂ ਦਾ ਅੱਜ 1 ਸਾਲ ਪੂਰਾ ਹੋ ਗਿਆ MLA ਬਣ ਤੇ, ਬਹੁਤ ਬਹੁਤ ਵਧਾਈ ਦਿੰਦੇ ਹਾਂ। ਅਤੇ ਜਿੰਨੇ ਵੀ ਉਹਨਾਂ ਨੇ ਕੰਮ ਕੀਤੇ, ਅਸੀਂ ਉਹਨਾਂ ਤੋਂ ਬਹੁਤ ਜ਼ਿਆਦਾ ਖੁਸ਼ ਹਾਂ। ਸਾਨੂੰ ਆਸ ਆ ਵੀ ਇਸ ਤੋਂ ਵੀ ਜ਼ਿਆਦਾ, ਬਹੁਤ ਜ਼ਿਆਦਾ ਵਧੀਆ 4 ਸਾਲਾਂ 'ਚ ਸਾਡੇ ਬਹੁਤ ਜ਼ਿਆਦਾ ਜ਼ਿਲ੍ਹੇ ਦੀ ਡਿਵੈਲਪਮੈਂਟ। ਕੀ ਨਾਮ ਤੁਹਾਡਾ? ਮੇਰਾ ਨਾਮ ਇੰਦਰਜੀਤ ਕੌਰ ਹੈ ਜੀ। ਅੱਜ ਕੀ ਪ੍ਰੋਗਰਾਮ ਕਰ ਰਹੇ? ਅੱਜ ਅਸੀਂ ਕੈਪਟਨ ਸਾਹਿਬ ਦਾ 76ਵਾਂ ਜਨਮ ਦਿਨ ਮਨਾ ਰਹੇ ਹਾਂ ਅਤੇ ਮੈਂ ਮਹਿਲਾ ਕਾਂਗਰਸ ਹੋਣ ਦੇ ਨਾਤੇ ਸੈਲੀਬ੍ਰੇਸ਼ਨ ਕਰ ਰਹੀ ਹਾਂ। ਅੱਜ ਨਾਲੇ ਸਾਡੇ ਹਰਜੋਤ ਕਮਲ ਜੀ ਵਿਧਾਇਕ ਜਦੋਂ ਦੇ ਬਣੇ ਨੇ, 1 ਸਾਲ ਉਹਨਾਂ ਨੂੰ ਪੂਰਾ ਹੋ ਗਿਆ। ਅਸੀਂ ਚਾਹਵਾਂਗੇ ਕਿ ਅਸੀਂ ਹੋਰ ਵੀ ਰਲ ਮਿਲ ਕੇ ਬਹੁਤ ਸਾਰੇ ਆਪਣੇ ਸ਼ਹਿਰ ਲਈ, ਆਪਣੇ ਦੇਸ਼ ਲਈ ਕੰਮ ਕਰੀਏ। ਅਤੇ ਅਸੀਂ ਬੜੇ ਖੁਸ਼ ਹਾਂ ਕਿ ਸਾਡੇ ਕੈਪਟਨ ਸਾਹਿਬ ਨੇ ਬਹੁਤ ਸਾਰੇ ਪ੍ਰੋਗਰਾਮ ਚਾਲੂ ਕੀਤੇ ਨੇ, ਜਿਵੇਂ ਨਸ਼ੇ ਬਾਰੇ, ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਘਰ ਘਰ ਜਾ ਕੇ ਪੁਲਿਸ ਵੀ ਬਹੁਤ ਸਾਰੇ ਕੰਮ ਕਰ ਰਹੀ ਹੈ। ਅਤੇ ਅਸੀਂ ਬਹੁਤ ਖੁਸ਼ ਹਾਂ ਕਿ ਸਾਡੇ ਹਰਜੋਤ ਕਮਲ ਜੀ ਨੇ ਵੀ ਬੜੇ ਸਾਰੇ ਕੰਮ ਕੀਤੇ ਨੇ ਅਤੇ ਕੈਪਟਨ ਸਾਹਿਬ ਵੀ ਬਹੁਤ ਸਾਰੀਆਂ ਕਾਰਗੁਜ਼ਾਰੀਆਂ ਆਪਣੀਆਂ ਦਿਖਾ ਰਹੇ। ਮੋਗਾ ਤੋਂ ਵਿਪਨ ਔਕਾਰਾ ਦੀ ਰਿਪੋਰਟ।